ਪੋਸਵਾਲਾ ਕਹਿੰਦਾ ਜਿਹੜੀ ਪਾਲ ਪਹਿਲੀ ਫਾਈਟ ਹੋ ਚੁੱਕੀ ਹੈ ਆਪਾਂ ਧੰਨਵਾਦ ਕਰਾਂਗੇ ਸਾਡਾ ਵੀਰ ਹਨੀ ਮਨੀਸ਼ ਤੇ ਨਾਲੇ ਕਹਿੰਦੇ ਰਾਹੁਲ ਸਾਰੇ ਭਰਾ ਪੁੱਜੇ ਹੋਏ ਆ ਇਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਸਾਹਮਣੇ ਨਵੇਂ ਸ਼ਹਿਰ ਵਾਲਿਆ ਹੋ ਤਿਆਰ ਸਾਡਾ ਸਿਰਾ ਕਰਾਉਣਾ ਪੈਣਾ ਪਿੱਛੇ ਤੇਰੇ ਕਹਿੰਦੇ ਰੋਪੜ ਵਾਲਾ ਆਇਆ ਹੋਇਆ ਜਿਹਦਾ ਕਹਿੰਦੇ ਪੰਜਾਬ ਦੇ ਵਿੱਚ ਕਹਿੰਦੇ ਸਿੱਕਾ ਚੱਲਦਾ ਪਰ ਉਧਰਲੇ ਪਾਸੇ ਫੇਰ ਨਾਲ ਕਹਿੰਦੇ ਸੀਪੇ ਦੀ ਹੈ ਕਹਿੰਦੀ ਚਾਰ ਜੁੜੀਆਂ ਇਹ ਨਵੇਂ ਸ਼ਹਿਰ ਵਾਲਾ ਚੜ੍ਹਦੀ ਜਵਾਨੀ ਫਿਰ ਹੱਥ ਪਿੱਛੇ ਕਹਿੰਦੀਏ ਗਰੀਬੀ ਜਦੋਂ ਦੂਰ ਹੋਵੇ ਨਾ ਮਸ਼ਹੂਰ ਹੋਵੇ ਸਤਿਆਣੇ ਵਾਲਿਆ ਫਰਨਾ ਘਾਟ ਦੇ ਦੀਏ ਉੱਧਰ ਸਾਡੀ ਜ਼ਿੰਦਗੀ ਦਾ ਪਰਮ ਪਿਆਰਾ ਵੀਰ ਇਹ ਨਾਲ ਕਹਿੰਦੇ ਪੀਟੀ ਸਾਹਿਬੋਂ ਮਾਜਰੇ ਵਾਲਾ ਡਿਊਟੀ ਕਰਕੇ ਆਇਆ ਪੰਜਾਬ ਪੁਲਿਸ ਕੀ ਅਭੀ ਉਹ ਲੱਭ ਸਾਡਾ ਵੀਰ ਤੇ ਨਾਲ ਕਹਿੰਦੇ ਬਿੰਨੀ ਗੁਰਦਾਸਪੁਰ ਵਾਲਾ ਇਸ ਲਈ ਉਹ ਗਰਮੀ ਮਹਿਸੂਸ ਕਰ ਰਿਹਾ ਇਸ ਲਈ ਉਸਨੇ ਤਾਰੇ ਹੋਏ ਹੈ ਅਭੀ ਇੱਕ ਇਨ ਕੇ ਬਾਅਦ ਉਹ ਆਪਣੀ ਉਹ ਚੂੜੀਆਂ ਦੀ ਟੀ ਸ਼ਰਟ ਵੀ ਉਤਾਰ ਦੇਗਾ ਮੁੰਡਾ ਕਹਿੰਦੇ ਮੈਂ ਉਹਦਾ ਸਿਰਜ ਆਹ ਬੰਦੇ ਦੇ ਨਾਂ ਦੇ ਚੱਲ ਰਿਹਾ ਉਹ ਝੇੜੂ ਵਾਲੇ ਜਿੱਤੀ ਨੇ ਕਹਿੰਦੇ ਵੱਡਾ ਮਾਣ ਕੀਤਾ ਹੋਇਆ ਆਪਣੀ ਦੀ ਸਾਹਮਣੇ ਹੈ ਸਰੀਰ ਵੀ ਕਹਿੰਦੇ ਇੱਕੋ ਜਿੱਕੇ ਹੈ ਪਰ ਉੱਧਰ ਪਹਿਲੀ ਬਾਲ ਤੇ ਰਣ ਦੇਖਾਂਗੇ ਵੀਰਾਂ ਵਾਲਿਆ ਇੱਕ ਰਣ ਇੱਕ ਰਣ ਦਾ ਬਾਬਾ ਦਿਨ ਮੈਦਾਨ ਉੱਪਰ ਹੋ ਚੁੱਕਿਆ ਹੈ ਇਹ ਨਾਲ ਪੰਜਾਬ ਰਾਈਵਟ ਮੰਡੀ ਫੋਟੋ ਕਾਸਟੂ ਕ੍ਰਿਕਟ ਦੀ ਪਹਿਲੀ ਮਸ਼ਹੂਰ ਵੈਬਸਾਈਟ ਤੇ ਨਾਲ ਕਹਿੰਦੇ ਵੀ ਉਹਨੇ ਜ਼ਰੀਰ ਲਾਈਵ ਕੀਤਾ ਜਾ ਰਿਹਾ ਤੇ ਨਾਲ ਹਰਿਆਣਾ ਕ੍ਰਿਕਟ ਫੀਵਰ ਦਾ ਵੀ ਵੱਡਾ ਧੰਨਵਾਦ ਹੈ ਉਹਨਾਂ ਪੇਜਾਂ ਦੇ ਜ਼ਰੀਏ ਪੂਰੇ ਬਾਲਕ ਵਿੱਚ ਲਾਈਵ ਕੀਤਾ ਜਾ ਰਿਹਾ ਹੈ ਕਿ ਕਿਸੇ ਬੋਲੀ ਕੋਠਾ ਸੋੜ ਦਿੱਤਾ ਤੇ ਕੋਈ ਡੰਗਰਾਂ ਦੇ ਐਕਟਰ ਪਾਈ ਫਿਰਦਾ ਤੇ ਕੋਈ ਸਾਈਕਲ ਵੀ ਲਵੇ ਪਿਆਜ ਉੱਤੇ ਤੇ ਕੋਈ ਕਾਲਾ ਦੁੱਧ ਤੇ ਮਠਿਆਈ ਫਿਰਦਾ ਕੋਈ ਮੱਛਰ ਮਾਰਦਾ ਸੌ ਜਾਂਦਾ ਤੇ ਕੋਈ ਚੂਚੇ ਨੂੰ ਛਰਨੇਟਰ ਲਾਈ ਫਿਰਦਾ ਤੇ ਕੋਈ ਕੂੜੇ ਦੇ ਢੇਰ ਚੋਂ ਲੰਬੀ ਰੋਟੀ ਕੋਈ ਬੱਚਿਆਂ ਨੂੰ ਬਰਗਰ ਵੀ ਜੇ ਖਵਾਈ ਫਿਰਦਾ ਤੇ ਕਿਸੇ ਨੂੰ ਪਤਾ ਨੀ ਸੀ ਜੱਗ ਦੇ ਦੌਰ ਤਾਂ ਕਿੰਨੀਆਂ ਨੇ ਕੋਈ ਦਿਹਾੜੀ ਕਰਕੇ ਡੰਗ ਟਪਾਈ ਫਿਰਦਾ ਤੇ ਕੋਈ ਰੰਗ ਬਰੰਗੀਆਂ ਪਛਾਣਾਂ ਬੋਲਾ ਤੇ ਕੋਈ ਨੰਗਾ ਰਹਿ ਕੇ ਡੰਗ ਟਪਾਈ ਫਿਰਦਾ ਤੇ ਰਾਣਾ ਮਾਧੋ ਚੰਡੀਆਂ ਵਾਂਗ ਉਸ ਪਰਮਾਤਮਾ ਨੂੰ ਜਿਹੜਾ ਸਾਰੀ ਇਹ ਖੇਡ ਰਚਾਈ ਫਿਰਦਾ ਰਾਣਾ ਮਾਧੋ ਚੰਡੀਆਂ ਵਾਂਗ ਉਸ ਪਰਮਾਤਮਾ ਨੂੰ ਜਿਹੜਾ ਸਾਰੀ ਇਹ ਖੇਡ ਰਚਾਈ ਫਿਰਦਾ ਰੋਪੜ ਵਾਲਾ ਕਹਿੰਦੇ ਮੈਨੂੰ ਹੀਰਾ ਫੇਰੀ ਕਰਦਾ ਕੁੜੀਆਂ ਵਰਗਾ ਮੁੰਡਾ ਪਰ
ਬੜੀ ਚੜਾਈ ਆ ਰੋਪੜ ਵਾਲੇ ਮੋਨੂ ਦੀ ਤੇ ਅੱਜ ਕਹਿੰਦੇ ਝੜੂ ਵਾਲੇ ਜੀਤੀ ਦੇ ਸੱਦੇ ਤੇ ਆਇਆ ਹੋਇਆ ਭਲਵਾਨ ਵੀ ਕਹਿੰਦੇ ਕਹਿੰਦੇ ਸਿਰੇ ਗਰਵਾਉਂਦਾ ਉਧਰਲੇ ਪਾਸੇ ਰਵੀ ਅਲੀਪੁਰ ਦੀ ਧਰਤੀ ਦਾ ਪਰ ਝੜੂ ਵਾਲਿਆ ਭੱਜ 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 ਗੱਲ ਤੇਰੇ ਤੇ ਖੜੀ ਆ ਤਿਆਰ ਹੋ ਚੁੱਕੇ ਆ ਇਹ ਅਲੀਪੁਰ ਵਾਲਾ ਰਵੀ ਆ ਕਿ ਸਾਡੇ ਪਿੰਡ ਦਾ ਰਭਾਜ ਬੜਾ ਮਾੜਾ ਅਮਰਜੀਤ ਭਾਈ ਰੁਕਦਾ ਪਿਆ ਲਾਈਵ ਦੱਸਿਓ ਮਾੜਾ ਜਿਹਾ ਭਾਜੀ ਕੁੜੀ ਦੇ ਕੇ ਜਦ ਕੁੜੀ ਵਾਂਗੂ ਫੜਦੇ ਤੇਰੀ ਢੋਲ ਰੋਜੀ ਦੇ ਬਚਣਾ ਤਾਂ ਸਾਹਮਣੇ ਵਾਲੇ ਦੀ ਹਿੱਕ ਜੀ ਪੈਣਾ ਬਚਣਾ ਤਾਂ ਸਾਹਮਣੇ ਵਾਲੇ ਦੀ ਹਿੱਕ ਜੀ ਪੈਣਾ ਉਧਰਲੇ ਪਾਸੇ ਫੇਰ ਰੋਪੜ ਵਾਲਾ ਮੋਲੂ ਜਿਹਦੀ ਕਹਿੰਦੇ ਪੰਜਾਬ ਤੀਜੀ ਓਵਰ ਦੀ ਸਮਾਪਤੀ ਦੇ ਬਾਅਦ ਰਨ ਕਹਿੰਦੇ 41 ਹੋ ਚੁੱਕੇ ਆ ਤੇ ਜਿਹਦਾ ਲਾਲ ਰੰਗ ਦੀ ਟੀ ਸ਼ਰਟ ਪਾ ਕੇ ਸਟੇਜ ਤੇ ਬੈਠਾ ਉਹਦਾ ਨਾਮ ਠੀਕ ਹੈ ਅਮਰਜੀਤ ਭਾਜੀ ਠੀਕ ਹੈ ਜੀ ਚਿੱਟੀ ਸ਼ਰਟ 3 ਓਵਰ 41 ਰਨ ਹੋ ਗਿਆ ਜੀ ਉਹਦਾ ਨਾਮ ਕਹਿੰਦੇ ਝਾੜਾ ਭਾਜੀ ਹੈ ਤੇ ਉਹਨਾਂ ਦਾ ਓਕੇ ਅਮਰਜੀਤ ਭਾਜੀ ਅਮਰਜੀਤ ਭਾਜੀ ਸਹੀ ਗੱਲ ਦਾ ਮੈਂ ਹੈਪੀ ਬੋਲਦਾ ਹੈਪੀ ਕੁੱਕਰ ਅਮਰਜੀਤ ਭਾਜੀ ਆਵਾਜ਼ ਪਛਾਣੋ ਦੱਸੋ ਕੌਣ ਆ ਬੰਦਾ ਜੀ ਨੇਪਾਲੀ ਨੇਪਾਲੀ ਨੂੰ ਸਾਹ ਚੜ ਗਿਆ ਸਾਹ ਚੜ ਗਿਆ ਗੋਲੀ ਦਾ ਬੰਦਾ ਪਿਆ ਉਹ ਮੈਂ ਭਰਾ ਬੈਠਾ ਆ ਲਾਈਵ ਚਲਾ ਰਿਹਾ ਉਹ ਭਾਜੀ ਕਹਿੰਦਾ ਬੈਰਿੰਗ ਮੈਂ ਕਰਦੀ ਇਸ ਮੈਚ ਮੈਂ ਭਾਜੀ ਤੁਸੀਂ ਕਰ ਜੀਤੀ ਨੂੰ ਛੱਕਾ ਲੱਗ ਗਿਆ ਜੀਤੀ ਨੂੰ ਕਹਿੰਦੇ ਨਹੀਂ ਭਾਈ ਨਹੀਂ ਪੌਣੀ ਸ਼ੁਰੂ ਕਰੀ ਕਿਉਂਕਿ ਜਿਹੜੇ ਆ ਬੰਦਾ ਚੰਡੀਗੜ੍ਹ ਵਾਲੀ ਸਾਈਡ ਦਾ ਉਹ ਕੰਮ ਸ਼ੁਰੂ ਕਰ ਦਿੰਦਾ ਸੈਣੀ ਸਵਰਨਾ ਬਣਿਆ ਨਾ ਭਾਈ ਸਵਰਨੇ ਦੀ ਰੀਸਾਂ ਆਪਾਂ ਕਿੱਥੋਂ ਕਰ ਲੈਣੀਆਂ ਮਾਰੇ ਟੱਕਰ ਕਹਿੰਦੇ ਸ਼ੇਰਾਂ ਦੇ ਨਾਲ ਲੋ ਦੂਜੀ ਬਾਲ ਦੇ ਲਈ ਕੇ ਬੈਲੀ ਬਣਦੇ ਨੇ ਅੱਜ ਦੇ ਨਿਆਣੇ ਬਲੀਏ ਤੇਰੀ ਜਾਨ ਦੇ ਕੇ ਖੁੱਡ ਹਾਂ ਪੁਰਾਣੇ ਬਲੀਏ ਪੁਰਾਣੇ ਬਲੀਏ ਜਿੱਦੀ ਹੋ ਤਗੜਾ ਗੱਲ ਤੇਰੇ ਤੇ ਖੜੀ ਹੈ ਬੜਾ ਬੜਾ ਕਹਿੰਦਾ 31,000 ਦੇਣਾ ਮਲਜਿੰਦਰ ਭਾਈ ਕਹਿੰਦਾ ਮੈਨੂੰ ਤਾਂ ਸੀਰੀਜ਼ ਕਹਿੰਦੇ 15,000 ਦੇਣਾ ਮਾੜੀ ਮੋਟੀ ਆਉਣੀ ਤੇ ਅੱਜ ਕਹਿੰਦੇ ਸਜਾਣੇ ਵਾਲੇ ਸਨੀ ਦੇ ਲਈ ਵੀ ਵੱਡੀ ਮੁਬਾਰਕ ਬਾਤ ਆ ਤੇ ਬਾਲਟੀਆਂ ਛੋੜੀਆਂ ਕਿਉਂਕਿ ਬੁੱਢ ਮੋਟਰਸਾਈਕਲ ਉਹਨਾਂ ਦੇ ਘਰ ਦਾ ਸ਼ਿੰਗਾਰ ਬੰਦ ਜਾ ਰਿਹਾ ਉਧਰ ਹੀਰਾ ਵਾਲਾ ਤਿੰਨਾਂ ਦੇ ਤਿੰਨ ਛੱਕੇ ਲੱਗ ਭਾਈ ਮੈਂ ਬੈਠਾ ਇੱਧਰ ਕਮੈਂਟਰੀ ਉੱਧਰ ਹੁੰਦੀ ਆ ਲਓ ਜੀ ਪੰਜਵਾਂ ਛੱਕਾ ਵੀ ਆ ਗਿਆ ਜੀ ਕਮਾਲ ਕਰ ਗਿਆ ਲੈ ਗਿਆ ਜੀ ਇੱਕ
ਨਿਕਲਦੇ ਇੱਕ ਛੱਕਾ ਛੇ ਛੱਕੇ ਮਾਰਦੇ ਜੀ, ਛੇ ਹੋ ਗਏ ਛੱਕੇ ਜੀ। ਲੱਲੀ ਛੱਲੀ ਨੂੰ ਮੈਂ ਚੱਕੜ ਦੇ ਗਈ ਅੱਖਰੀ, ਪਹਿਲੇ ਫੁਲਕੀ ਗੱਭਰੂ ਕਰਾਉਂਦਾ ਅੱਖਰੀ, ਪਹਿਲੇ ਫੁਲਕੀ ਗੱਭਰੂ ਕਰਾਉਂਦਾ ਅੱਖਰੀ। ਕਾਕਾ ਨੰਗਲ ਆ ਗਿਆ ਬੋਲ ਪਾਣੀ ਜੀ, ਸੱਤ ਕਹਿੰਦਾ ਸੱਤ ਛੱਕੇ ਮਾਰਦੇ ਆ ਜੀ ਅਮਰੀਤੀ ਨੇ। ਸੱਤ ਮਾਰਦੇ ਆ ਜੀ, ਛੇ ਛੱਕੇ ਕਿੰਨੇ ਮਾਰੇ ਆ? ਫਰੀਦੀ ਮਾਰਿਆ ਜੀ ਛੇ ਛੱਕੇ, ਹੁਣ ਤਾਂ ਸੱਤ ਮਾਰਦੇ ਆ ਫਰੀਦੀ ਨਵਾਂ ਸ਼ਹਿਰ। ਸੁਣ ਬਈ ਵਧੀਆ ਵਧੀਆ ਮਾਰਿਆ ਸਾਊਥ ਅਫਰੀਕਾ ਵਾਲੇ। ਉਹ ਚੰਡੀਗੜ੍ਹ ਚੇਅਰਮੈਨ ਉਹਨਾਂ ਦੇ ਕਹਿੰਦੇ ਵੀ ਚੇਅਰਮੈਨ ਦੇ ਉਹਨਾਂ ਦੇ ਲੜਕਾ ਜੀ ਵੀ ਸਾਡੇ ਮਾਰਦਾ ਜੀ ਨੌ ਛੱਕੇ ਤਿੰਨ ਮਾਰਦੇ ਆ ਕਾਕੇ ਨੂੰ ਤੇ ਛੇ ਮਾਰਦੇ ਜੀਤੀ ਨੂੰ। ਟੱਪਾ ਖਿੱਚੋ ਕਾਕੇ, ਆਉਂਦੀ ਆ ਗਰਮੀ, ਅਮਰਜੀਤ ਪਿੰਡੇ ਆਉਂਦੀ ਆ ਗਰਮੀ ਕਿਉਂ ਕਾਕੇ? ਅਮਰਜੀਤ ਭਾਈ ਦਾ ਟੱਪਾ ਖਿੱਚੋ, ਜੁੱਟਿਆ ਦੱਖਣੀ ਉਂਗਲਾਂ ਤੱਕ ਆ ਗਿਆ ਭਾਜੀ ਪਸੀਨਾ ਕਾਕੇ ਦੇ। ਅਮਰਜੀਤ ਭਾਈ ਕਹਿੰਦੇ ਟੱਪਾ ਖਿੱਚ ਲਾ ਨੌ ਛੱਕੇ ਆ ਜੀ ਅਫਰੀਦੀ ਨਵਾਂ ਸ਼ਹਿਰ। ਬੰਦਾ ਚੰਡੀਗੜ੍ਹ ਹਿੰਟ ਦਿੱਤਾ ਵਾ ਚੰਡੀਗੜ੍ਹ ਦਾ।
ਹਾਂਜੀ ਹਾਂਜੀ ਸੁੱਖੀ ਸੈਮੀ ਫਾਈਨਲ ਚ ਜੀ ਛੱਕੇ ਮਾਰੇ ਆ ਭਾਊ ਸਾਡਾ ਵੀਰ ਮਹਿਬੂ ਵਾਲੇ ਪਿੰਡ ਦਾ ਉਸਤਾਦ ਵੀ ਆਇਆ ਹੋਇਆ ਆਪਾਂ ਧੰਨਵਾਦ ਕਰਾਂਗੇ ਨਾਲ ਕੋਟ ਸੁਗੇ ਦਾ ਬਿੱਟੂ ਬਿੱਟੂ ਤੇ ਨਾਲ ਮਾਰੀ ਮਸੀਤਾ ਤੇ ਨਾਲ ਕਹਿੰਦੇ ਅਨਿਲ ਹਰੋਲੀ ਓਵਰ ਸਮਾਪਤ ਤੇ ਰਣ 103 ਪੰਜ ਓਵਰ ਸਮਾਪਤ ਪੰਜ ਓਵਰ 103 ਰਨ ਨਜ਼ਾਰੇ ਲੈ ਰਿਹਾ ਨਜ਼ਾਰੇ ਰੋਟੀ ਖਾਣ ਲੱਗ ਪਿਆ 5/103 ਹੋ ਗਏ ਜੀ ਲਾਸਟ ਓਵਰ ਆ ਸਰਦਾਰ ਮਹਿੰਗਾ ਸਿੰਘ ਜੀ ਵੱਲੋਂ ਵੀ 100 ਰੁਪਏ ਅਫਰੀਦੀ ਦੇ ਲਈ ਮੁਦਰਾਹਾ ਹੋ ਚੁੱਕਿਆ ਹੈ ਇਹ ਟੁੱਕੜਾ ਪੈਂਦਾ ਹੈ ਇੱਥੇ ਪਲੇਰਾਂ ਦੀ ਖੇਡ ਦਾ ਮੁੱਲ ਪਾਇਆ ਜਾਂਦਾ ਭਾਵੀ ਅੱਜ ਲਾਈਵ ਦੇ ਕਹਿੰਦੇ ਨਜ਼ਾਰਾ ਦੇਖ ਰਿਹਾ ਬੈਠ ਕੇ ਬਈ ਕਾਪੇ ਹੋਣੀ ਮੈਚ ਹਾਰ ਗਏ ਆ ਪਰ ਕਾਪੇ ਨੇ 101 ਰਨ ਮਾਰ ਦਿੱਤਾ ਸੀਗਾ ਕੁਆਟਰ ਹਾਰ ਗਏ ਕਾਪੇ ਦੀ ਸਿੱਧੀ ਦੀ ਬਾਲ ਹੈ ਉਹ ਫਰੀਦੀ ਹਾਂਜੀ ਹਾਂਜੀ ਕੱਪ ਹਾਰ ਗਿਆ ਜੀ 124 ਰਨ ਮਾਰੇ ਸੀ ਕੱਪ ਉਹਨਾਂ ਨੇ ਚੇਸ ਕਰਾ ਲਿਆ ਜੀ ਉਹਨਾਂ ਨੇ ਅੰਬਰ ਮਾਰ ਗਿਆ ਸੁੱਖੀ ਮਾਰ ਗਿਆ ਮੋਰੇ ਟੱਪਾ ਪੈ ਗਿਆ ਕੈਚ ਫੜਿਆ ਆ ਜਾ ਗੋਪਾਲ ਵੀਰੇ ਆ ਜਾ ਪਰ ਉਸ ਤੋਂ ਬਾਅਦ ਅਫਰੀਦੀ ਨੇ ਕਹਿੰਦੇ ਧੱਕ ਪਾਤੀ ਹੈ ਲਓ ਜੀ ਹੋਰ ਛੱਕਾ ਚੱਕੋ ਦੱਸੋ ਕੀ ਨੋਟਾਂ ਤੋਂ ਬੰਦ ਕੇ ਤੀਜ ਮੁਰੇ ਜਿੱਤ ਚਾਰ ਤੇਰੇ ਤੋਂ ਮਾਰਾਂ ਗਏ ਉਹ ਜਿਹੜਾ ਅੜ ਗਿਆ ਸਾਡੇ ਮੂਰੇ ਦੀ ਕੱਚੀ ਪਈ ਹੋਰ ਛੱਕਾ ਜੀ ਅਮਰੀਤ ਭਾਈ ਇਹ ਤੁਸੀਂ ਦੇਖ ਰਹੇ ਹੋ ਦੁਨੀਆ ਦਾ ਕਿੰਨਵਾਂ ਜੂ ਪਾਇਆ 11ਵਾਂ 12ਵਾਂ 10ਵਾਂ ਕਿੰਨਵਾਂ ਗਵਾ ਉਸਦੀ ਧੱਕ ਪੈ ਰਹੀ ਹੈ ਇੱਥੇ ਭਾਜੀ ਅਮਰੀਤ ਭਾਈ ਆ ਲਓ ਜੀ ਖੋਰ ਚੱਕੋ ਹੋ ਗਿਆ ਹੋਰ ਮਾਰਤਾ ਜੀ ਅਫਰੀਦੀ ਪਹਿਲਣ ਆ ਭਾਜੀ ਅਫਰੀਦੀ ਨੇ ਮਾਰਤੇ ਜੀ ਪਿਛਲੀਆਂ 16 ਗੇਂਦਾਂ 'ਚ 15 ਛੱਕੇ ਇੱਕ ਸਿੰਗਲ ਕੀਤੀ ਆ ਬਾਕੀ ਛੱਕੇ ਹੀ ਮਾਰੇ ਸਾਰੇ 16 ਗੇਂਦਾਂ 'ਚ 15 ਛੱਕੇ ਆ ਜੀ ਅਫਰੀਦੀ ਪਹਿਲਣ ਆ ਫੜ ਕੇ ਲੈ ਗਏ
ਕੇ ਨੰਬਰ ਨਹੀਂ ਦੱਸਿਆ ਬਈ ਜੀ ਸ਼ਾਂਤੀ ਕਰਕੇ ਤਾਰੀ 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 ਖੁੱਲ ਗਈ ਆ ਤੇਜੂ ਬੋਲਿਆ ਮੇਰਾ ਜੀ।